ਤੁਹਾਡੇ ਬਹੁਤ ਸਾਰਿਆਂ ਦੇ ਸਵਾਲ ਰਹਿੰਦੇ ਆ ਕਿ ਅਸੀਂ ਆਪਣੀਆਂ ਗਾਵਾਂ ਨੂੰ AI ਕਦੋਂ ਕਰਾਈਏ ਅਤੇ ਕਿਹੜੇ ਸਹੀ ਟਾਈਮ 'ਤੇ ਕਰਾਉਣੀ ਚਾਹੀਦੀ ਹੈ। ਦੇਖੋ ਜੀ, ਆਪਾਂ ਇਹ ਵੀਡੀਓ 2 ਪਾਰਟ ਦੇ ਵਿੱਚ ਸ਼ੂਟ ਕਰਾਂਗੇ। ਅੱਜ ਵਾਲੀ ਜਿਹੜੀ ਗੱਲ ਹੈ ਉਹਦੇ ਵਿੱਚ ਇਹ ਹੈ ਕਿ ਅਸੀਂ AI ਕਰਾਉਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਗਾਂ ਹੀਲ ਦੇ ਵਿੱਚ ਹੈਗੀ ਹੈ ਪ੍ਰੋਪਰਲੀ ਕਿ ਨਹੀਂ ਹੈਗੀ। AI ਕਰਾਉਣ ਦੀ ਤਾਂ ਬਾਅਦ ਦੀ ਗੱਲ ਹੈ ਨਾ। 4 ਚੀਜ਼ਾਂ ਆਉਂਦੀਆਂ ਨੇ ਜਦੋਂ ਤੁਸੀਂ ਨੋਟਿਸ ਕਰਨਾ ਹੁੰਦਾ ਕਿ ਤੁਹਾਡੇ ਜਾਨਵਰ ਦੇ ਹੀਟ ਪ੍ਰੋਪਰ ਹੈਗੀ ਹੈ ਕਿ ਨਹੀਂ। ਸਭ ਤੋਂ ਪਹਿਲਾਂ ਜਿਹੜਾ ਕੇਸ ਆਉਂਦਾ ਨਾ, ਉਹਦੇ ਵਿੱਚ ਆਮ ਤੌਰ 'ਤੇ ਜਾਨਵਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਜਾਨਵਰ ਆਪਣੇ ਮੂੰਹ ਤੋਂ ਆਵਾਜ਼ਾਂ ਕੱਢਣ ਲੱਗ ਜਾਂਦੇ ਨੇ, ਬਹੁਤ ਉੱਚੀ ਆਵਾਜ਼ਾਂ ਕੱਢਦੇ ਨੇ। ਇਹ ਆਮ ਤੌਰ 'ਤੇ ਜਿਹੜੀਆਂ ਦੇਸੀ ਨਸਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਾਂ ਦੇ ਵਿੱਚ ਮੱਝਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ। ਜਦੋਂ ਵੀ ਮੱਝਾਂ ਜਾਂ ਫਿਰ ਦੇਸੀ ਨਸਲ ਦੀਆਂ ਗਾਵਾਂ ਜਿਨ੍ਹਾਂ ਦੇ ਵਿੱਚ ਦੇਸੀ ਬਲੱਡ ਲਾਈਨ ਜ਼ਿਆਦਾ, ਉਹ ਆਪਣੇ ਮੂੰਹ ਤੋਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੀਆਂ ਨੇ, ਇੱਥੋਂ ਪਤਾ ਲੱਗਦਾ ਕਿ ਜਾਨਵਰ ਹੀਟ ਦੇ ਵਿੱਚ ਹੈਗਾ। ਦੂਜੀ ਜਿਹੜਾ ਕੇਸ ਆਉਂਦਾ ਨਾ, ਦੂਜਾ ਕੇਸ ਆਉਂਦਾ ਕਿ ਜਾਨਵਰ ਜਿਹੜੇ ਕ੍ਰੋਸ ਬ੍ਰੀਡ ਦੇ ਨੇ ਅਤੇ ਜਾਂ ਫਿਰ ਪਿਓਰ HF ਬਲੱਡ ਲਾਈਨ ਦੇ ਨੇ, ਉਹ ਜੰਪਿੰਗ ਬੜੀ ਜ਼ਿਆਦਾ ਕਰਦੇ ਨੇ। ਇੰਨੀ ਜ਼ਿਆਦਾ ਜੰਪਿੰਗ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਨਾ ਕਿ ਕਈ ਵਾਰੀ ਜਾਨਵਰ ਸੱਟਾ ਤੱਕ ਲਵਾ ਲੈਂਦੇ ਨੇ। ਜੇ ਤੁਹਾਡੇ ਕੋਲ ਵੀ ਪਿਓਰ HF ਨਸਲ ਹੈਗੀ ਹੈ ਜਾਂ ਫਿਰ ਕ੍ਰੋਸ ਬ੍ਰੀਡ ਜਿਨ੍ਹਾਂ ਦੀ 70% ਜਿਹੜਾ ਹੈਗਾ ਉਹ ਬਲੱਡ ਲਾਈਨ ਪੋਜ਼ਿਟਿਵ ਆਉਂਦੀ ਪਈ ਹੈ, ਉਹਨਾਂ ਨੂੰ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਛੱਡ ਕੇ ਰੱਖਣਾ ਹੈ ਜਦੋਂ ਹੀਟ ਦੇ ਵਿੱਚ ਹੋਣ, ਜੋ ਬਹੁਤ ਜ਼ਿਆਦਾ ਸਲਿਪਰੀ ਨਾ ਹੋਵੇ। ਇਹ ਸਾਡੀ ਦੂਸਰੀ ਕਿਸਮ ਸੀ ਜੋ ਕਿ ਜੰਪਿੰਗ ਮਾਊਂਟਿੰਗ ਬਹੁਤ ਜ਼ਿਆਦਾ ਕਰਦੀ ਹੈ। ਮੂੰਹ ਤੋਂ ਆਵਾਜ਼ਾਂ ਕੱਢੇ ਭਾਵੇਂ ਨਾ ਕੱਢੇ, ਇਹ ਗੱਲ ਮੈਟਰ ਨਹੀਂ ਕਰਦੀ, ਪਰ ਉਹ ਜੰਪਿੰਗ ਮਾਊਂਟਿੰਗ ਪੱਕਾ ਕਰਦੀਆਂ ਨੇ। ਤੀਜੀ ਜਿਹੜੀ ਕੈਟੇਗਰੀ ਆ ਜਾਂਦੀ ਹੈ ਉਹ ਆ ਜਾਂਦੀ ਉਹਨਾਂ ਜਾਨਵਰਾਂ ਦੀ ਜੋ ਆਪ ਤਾਂ ਜੰਪਿੰਗ ਨਹੀਂ ਕਰਦੇ, ਮਤਲਬ ਨਾ ਉਹ ਕਿਸੇ 'ਤੇ ਚੜ੍ਹਦੇ ਨੇ, ਨਾ ਉਹ ਆਪ ਜੰਪਿੰਗ ਕਰਦੇ ਨੇ, ਨਾ ਮੂੰਹ ਤੋਂ ਆਵਾਜ਼ਾਂ ਕੱਢਦੇ ਨੇ। ਪਰ ਜਦੋਂ ਉਹਨਾਂ ਨੂੰ ਖੁੱਲ੍ਹਾ ਛੱਡਿਆ ਜਾਂਦਾ, ਉਹ ਜਦੋਂ ਕੋਈ ਦੂਸਰਾ ਜਾਨਵਰ ਉਹਨਾਂ ਦੇ ਉੱਤੇ ਜੰਪਿੰਗ ਕਰਦਾ, ਮਾਊਂਟਿੰਗ ਕਰਦਾ, ਉਹ ਅੱਗੋਂ ਹਿਲਦੇ ਕੋਈ ਨਹੀਂ, ਅੱਗੋਂ ਮਤਲਬ ਉਹ ਖੜ੍ਹ ਜਾਂਦੀਆਂ ਨੇ, ਅੱਗੋਂ ਹਿਲਦੀਆਂ ਨਹੀਂ ਹੈਗੀਆਂ। ਇਸ ਦਾ ਮਤਲਬ ਹੁੰਦਾ ਕਿ ਜਿਹੜਾ ਸਾਡਾ ਜਾਨਵਰ ਹੈ ਉਹ ਸਟੈਂਡਿੰਗ ਹੀਟ ਦੇ ਵਿੱਚ ਇਸ ਟਾਈਮ ਹੈਗਾ। ਇਹ ਤੀਜੀ ਕੈਟੇਗਰੀ ਸੀ ਜਾਨਵਰਾਂ ਦੀ ਜੋ ਆਪ ਕੋਈ ਸਿਮਟਮ ਸ਼ੋਅ ਨਹੀਂ ਕਰਦੇ, ਪਰ ਜਦੋਂ ਖੁੱਲ੍ਹੇ ਛੱਡੇ ਜਾਂਦੇ ਨੇ, ਦੂਜੇ ਜਾਨਵਰ ਸਾਨੂੰ ਦੱਸਦੇ ਨੇ ਕਿ ਆਹ ਜਿਹੜੀ ਗਾਂ ਹੈ ਜਿਹਦੇ ਉੱਤੇ ਅਸੀਂ ਮਾਊਂਟਿੰਗ ਕਰਦੇ ਪਏ ਹਾਂ, ਉਹ ਸਟੈਂਡਿੰਗ ਹੀਟ ਦੇ ਵਿੱਚ ਹੈਗੀ ਹੈ। ਉੱਥੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਜਾਨਵਰ ਹੀਟ ਦੇ ਵਿੱਚ ਹੈਗਾ। ਚੌਥੀ ਕੈਟੇਗਰੀ ਉਹਨਾਂ ਗਾਵਾਂ ਦੀ ਆਉਂਦੀ ਹੈ ਜੋ ਆਮ ਤੌਰ 'ਤੇ ਬੱਝੀਆਂ ਰਹਿੰਦੀਆਂ ਨੇ ਅਤੇ ਛੋਟੇ ਫਾਰਮਰਸ ਦੇ ਕੋਲ ਹੁੰਦੀਆਂ ਨੇ, ਉਹ ਸਿਰਫ ਤੁਹਾਨੂੰ ਡਿਸਚਾਰਜ ਦੇਖਣ ਨੂੰ ਮਿਲਦੇ ਨੇ, ਕਿਉਂਕਿ ਉਹਨਾਂ ਨੂੰ ਖੁੱਲ੍ਹਾ ਨਹੀਂ ਛੱਡਿਆ ਜਾਂਦਾ ਸ਼ੁਰੂ ਤੋਂ। ਉਹਨਾਂ ਦੇ ਵਿੱਚ ਜੰਪਿੰਗ ਮਾਊਂਟਿੰਗ ਵਰਗੀਆਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ। ਕਦੀ ਕਦਾਈ ਜੇ ਤੁਸੀਂ ਉਹਨਾਂ ਨੂੰ ਪਾਣੀ ਦੇਣ ਵਾਸਤੇ ਲੈ ਕੇ ਜਾਂਦੇ ਹੋ ਖੋਲ੍ਹ ਕੇ, ਉਦੋਂ ਤੁਹਾਨੂੰ ਲੱਗਦਾ ਕਿ ਇਹ ਜੰਪਿੰਗ ਕਰਨ ਵਾਸਤੇ ਤਿਆਰ ਹੈ, ਜਾਂ ਫਿਰ ਆਮ ਤੌਰ 'ਤੇ ਤੁਹਾਨੂੰ ਸਿਰਫ ਡਿਸਚਾਰਜ ਦੇਖਣ ਨੂੰ ਮਿਲਦੇ ਆ। ਅਸੀਂ ਡਿਸਚਾਰਜ ਦੇਖ ਕੇ ਪਤਾ ਕਰਦੇ ਹਾਂ ਕਿ ਸਾਡੀ ਗਾਂ ਹੀਟ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ। ਕੱਲ੍ਹ ਦੀ ਵੀਡੀਓ ਦੇਖਣ ਤੋਂ ਪਹਿਲਾਂ ਅੱਜ ਦੀ ਇਹ ਵੀਡੀਓ ਦੇਖ ਕੇ ਤੁਸੀਂ ਇਹ ਕੈਟੇਗਰੀ ਡਿਸਾਈਡ ਕਰ ਲਓ ਕਿ ਤੁਹਾਡਾ ਜਾਨਵਰ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ। ਠੀਕ ਹੈ, 4 ਕੈਟੇਗਰੀਆਂ ਤੁਹਾਨੂੰ ਮੈਂ ਜਾਨਵਰਾਂ ਦੀਆਂ ਦੱਸਦੀ ਹਾਂ। ਆਮ ਤੌਰ 'ਤੇ ਇਹਨਾਂ 4 ਕੈਟੇਗਰੀ ਦੇ ਵਿੱਚ ਹੀ ਤੁਹਾਡਾ ਜਾਨਵਰ ਆਵੇਗਾ। ਤੁਸੀਂ ਥੱਲੇ ਕਮੈਂਟ ਦੇ ਵਿੱਚ ਦੱਸਣਾ ਜ਼ਰੂਰ ਹੈ ਕਿ ਤੁਹਾਡੀਆਂ ਜ਼ਿਆਦਾਤਰ ਗਾਵਾਂ ਕਿਹੜੀ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ, ਅਤੇ AI ਹੀਟ ਤੋਂ ਕਿੰਨੇ ਟਾਈਮ ਬਾਅਦ ਕਰਾਉਣੀ ਚਾਹੀਦੀ ਹੈ ਅਤੇ ਕਿਵੇਂ ਕਰਾਉਣੀ ਚਾਹੀਦੀ ਹੈ,
ਉਹ ਕੱਲ੍ਹ ਦੀ ਵੀਡੀਓ ਤੁਸੀਂ ਦੇਖਿਓ ਜ਼ਰੂਰ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ, ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਜਿਨ੍ਹਾਂ ਦੇ ਜਾਨਵਰ ਖੁੱਲ੍ਹੇ ਨਹੀਂ ਰੱਖੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਹੀਟ ਡਿਟੈਕਸ਼ਨ ਅਸੀਂ ਕਿਵੇਂ ਕਰਦੇ ਹਾਂ ਅਤੇ ਸਾਡਾ ਜਿਹੜਾ ਜਾਨਵਰ ਹੈ ਉਹ ਕਿਸ ਕੈਟੇਗਰੀ ਦੀ ਜਿਹੜੀ ਹੈਗੀ ਆ ਉਹ ਹੀਟ ਸ਼ੋਅ ਕਰਦਾ ਪਿਆ। ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅਤੇ ਹੀਟ ਡਿਟੈਕਸ਼ਨ ਬਹੁਤ ਵੱਡੀ ਚੀਜ਼ ਆ ਜੋ ਸਾਨੂੰ ਟਾਈਮ ਦੇ ਉੱਤੇ ਫੜਨੀ ਚਾਹੀਦੀ ਹੈ ਜਦੋਂ ਸਾਡਾ ਜਾਨਵਰ ਸਟੈਂਡਿੰਗ ਹੀਟ ਦੇ ਵਿੱਚ ਹੋਵੇ, ਕਿਉਂਕਿ ਉਸ ਤੋਂ ਬਾਅਦ ਹੀ ਉਹਦੀ ਐੱਗ ਰਿਲੀਜ਼ ਹੋਣ ਦੀ ਪ੍ਰਕਿਰਿਆ ਹੁੰਦੀ ਹੈ। ਐੱਗ ਰਿਲੀਜ਼ ਹੋਏਗਾ ਫਿਰ ਹੀ ਸਾਡਾ ਜਾਨਵਰ ਪ੍ਰੈਗਨੈਂਟ ਹੋਏਗਾ, ਅਦਰਵਾਈਜ਼ AI ਕਰਾਈ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਆਪਾਂ ਮਿਲਾਂਗੇ ਕੱਲ੍ਹ ਨੂੰ ਇਹਦੇ ਨੈਕਸਟ ਪਾਰਟ ਦੇ ਨਾਲ, ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।